ਰਾਮਾ ਮੰਡੀ ਦੀ ਸਾਂਝੀ ਸਮਾਜ ਸੇਵੀ ਸੰਸਥਾ ਲੋਕ ਭਲਾਈ ਸੇਵਾ ਸਮਿਤੀ ਵੱਲੋਂ ਕੀਤੇ ਜਾਂਦੇ ਲੋਕ ਭਲਾਈ ਦੇ ਕੰਮ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਕੀਤੇ ਜਾਂਦੇ ਹਨ। ਇਸੇ ਲੜੀ ਤਹਿਤ ਸੰਸਥਾ ਵੱਲੋਂ ਰਾਮਾ ਮੰਡੀ ਡੇਰੇ ਦੇ ਮਹੰਤ ਦਰਬਾਰਾ ਦਾਸ ਜੀ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਰਾਮਾ ਮੰਡੀ ਦੇ ਸਰਕਾਰੀ ਬਾਗ ਵਿਖੇ ਬੇਸਹਾਰਾ ਬੇਜਵਾਨਾਂ ਦੇ ਹਰੇ ਚਾਰੇ ਅਤੇ ਪਾਣੀ ਪੀਣ ਲਈ ਖੇੜਾਂ ਬਣਾਈਆਂ ਗਈਆਂ ਤਾਂ ਜੋ ਬੇਸਹਾਰਾ ਬੇਜਵਾਨਾਂ ਨੂੰ ਸਾਫ ਪਾਣੀ ਅਤੇ ਹਰਾ ਚਾਰਾ ਮਿਲ ਸਕੇ। ਇਸ ਮੌਕੇ ਰਾਮਾ ਮੰਡੀ ਦੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸ੍ਰੀ ਕ੍ਰਿਸ਼ਨ ਕੁਮਾਰ ਕਾਲਾ ਜੀ ਨੇ ਕਿਹਾ ਕਿ ਸੰਸਥਾ ਵੱਲੋਂ ਕੀਤੇ ਜਾਂਦੇ ਲੋਕ ਭਲਾਈ ਦੇ ਕੰਮ ਬਹੁਤ ਹੀ ਸ਼ਲਾਘਾਯੋਗ ਹਨ। ਸੰਸਥਾ ਦੇ ਮੈਂਬਰ ਹਰ ਪਲ ਸੇਵਾ ਲਈ ਤਿਆਰ ਰਹਿੰਦੇ ਹਨ। ਇਸ ਸਮੇਂ ਸੰਸਥਾ ਵੱਲੋਂ ਲੋਕਾਂ ਨੂੰ ਡੇਂਗੂ ਅਤੇ ਮਲੇਰੀਏ ਦੇ ਮੱਛਰਾਂ ਤੋਂ ਬਚਾਉਣ ਲਈ ਵੱਖ ਵੱਖ ਥਾਵਾਂ ਤੇ ਫੋਗਿੰਗ ਸਪਰੇਅ ਕਰਨਾ ਬਹੁਤ ਵੱਡਾ ਧਰਮ ਅਤੇ ਪੁੰਨ ਦਾ ਕਾਰਜ ਹੈ। ਇਸ ਮੌਕੇ ਮੰਦਿਰ ਭਗਵਾਨ ਬਾਬਾ ਸ੍ਰੀ ਚੰਦ ਜੀ, ਡੇਰਾ ਬਾਬਾ ਮੋਤੀ ਰਾਮ ਅਤੇ ਬਾਬਾ ਤਰਵੈਣੀ ਦਾਸ ਜੀ ਰਾਮਾ ਪਿੰਡ ਡੇਰੇ ਦੇ ਮਹੰਤ ਦਰਬਾਰਾ ਦਾਸ ਜੀ ਨੇ ਕਿਹਾ ਕੀਤੇ ਜਾਂਦੇ ਲੋਕ ਭਲਾਈ ਸੇਵਾ ਦੇ ਕੰਮ ਬਹੁਤ ਹੀ ਵੱਡੀ ਸਮਾਜ ਸੇਵਾ ਹੈ ਤੇ ਬੇਸਹਾਰਾ ਬੇਜਵਾਨਾਂ ਨੂੰ ਖਾਣ ਲਈ ਹਰੇ ਚਾਰੇ ਅਤੇ ਪਾਣੀ ਲਈ ਖੇੜਾਂ ਵੱਡਾ ਕਾਰਜ ਹੈ। ਇਸ ਮੌਕੇ ਸੰਸਥਾ ਦੇ ਪ੍ਰਧਾਨ ਵਿਸ਼ਾਲ ਲਹਿਰੀ ਨੇ ਕਿਹਾ ਕਿ ਇਸ ਉਪਰਾਲੇ ਲਈ ਸੰਸਥਾ ਵੱਲੋਂ ਮਹੰਤ ਦਰਬਾਰਾ ਦਾਸ ਜੀ, ਪ੍ਰਧਾਨ ਕ੍ਰਿਸ਼ਨ ਕਾਲਾ ਜੀ ਅਤੇ ਦਾਨੀ ਸੱਜਣਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਤਲਵੰਡੀ ਸਾਬੋ ਤੋਂ ਰੇਸ਼ਮ ਸਿੰਘ ਦਾਦੂ ਦੀ ਲੋਕ ਭਲਾਈ ਦਾ ਸੁਨੇਹਾ ਟੀਵੀ ਲਈ ਖਾਸ ਰਿਪੋਰਟ। ਬਾਬਾ ਤਰਵੈਣੀ ਦਾਸ, ਬਾਬਾ ਮੋਤੀ ਰਾਮ ਅਤੇ ਸੇਵਕ ਗੱਦੀ ਨਸੀਮ, ਗੱਦੀ ਦੇ ਵਿਰਾਜਮਾਨ ਸੰਤ ਬਾਬਾ ਦਰਬਾਰਾ ਦਾਸ ਜੀ ਦੀ ਕਿਰਪਾ ਨਾਲ ਰਾਮਾ ਮੰਡੀ ਜੋ ਵਾਰਾ ਗਊਆਂ ਘੁੰਮਦੀਆਂ, ਉਹਨਾਂ ਵਾਸਤੇ ਲੋਕ ਭਲਾਈ ਸੰਸਥਾ ਨੇ ਬਹੁਤ ਵਧੀਆ ਉਪਰਾਲਾ ਕੀਤਾ ਕਿ ਵਾਰਾ ਗਊਆਂ ਨੂੰ ਹਰੇ ਚਾਰੇ ਵਾਸਤੇ ਪ੍ਰਬੰਧ ਕੀਤਾ ਗਿਆ, ਉਹਨਾਂ ਦੇ ਪੀਣ ਵਾਸਤੇ ਸਾਫ਼ ਪਾਣੀ ਦਾ ਪ੍ਰਬੰਧ ਕੀਤਾ ਗਿਆ। ਮੈਂ ਇਹੀ ਆਸਾ ਕਰਦਾ ਹਾਂ ਕਿ ਬਾਬਾ ਦਰਬਾਰਾ ਦਾਸ ਜੀ ਦਾ ਇਸ ਸੰਸਥਾ 'ਤੇ ਆਸ਼ੀਰਵਾਦ ਬਣਿਆ ਰਹੇ, ਸਾਡੇ 'ਤੇ ਆਸ਼ੀਰਵਾਦ ਬਣਿਆ ਰਹੇ। ਜੋ ਵਾਰਾ ਗਊਆਂ ਆਸੇ ਪਾਸੇ ਘੁੰਮਦੀਆਂ, ਉਹ ਵੀ ਇੱਥੇ ਆ ਕੇ ਆਪਣਾ ਪੇਟ ਭਰ ਕੇ ਸਾਡੀ ਇਸ ਸੰਸਥਾ ਨੂੰ ਦਿਲ ਦੁੱਗਣੀ ਰਾਹ 'ਚ ਅੱਗੇ ਤਰੱਕੀ ਕਰ ਸਕਦੀ।